ਕਿ ਅਸੀਂ ਇਹਨੂੰ ਵਿਚਾਲੇ ਨਹੀਂ ਛੱਡਾਂਗੇ, ਅਸੀਂ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾ ਕੇ ਰੱਖਾਂਗੇ। ਜੋ ਮਰਜ਼ੀ ਕਰ ਲਵੇ ਸਰਕਾਰ, ਅਸੀਂ ਆਪਣੀਆਂ ਗੱਲਾਂ ਮਨਵਾ ਕੇ ਰਵਾਂਗੇ। ਤੇ ਮੈਂ ਤਾਂ ਉੱਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਫਿਰ ਮੇਰੀ ਨਿਗਾਹ ਜਿਹੜੀ ਆ ਉਹ ਪਿੱਛੇ ਖੜੇ ਦੋਸਤਾਂ ਵੱਲ ਜਾਂਦੀ ਹੈ। ਮਾਫ ਕਰਨਾ ਦੋਸਤੋ, ਮੇਰੇ ਬੋਲ ਕੌੜੇ ਹੋ ਸਕਦੇ ਨੇ। ਮੈਂ ਰੱਬ ਦਾ ਵਾਸਤਾ ਪਾ ਕੇ ਕਹਿਣਾ ਕਿ ਅਸੀਂ ਜਿਸ ਪਰਪਜ ਲਈ ਆਏ ਹਾਂ, ਸਿਰਫ ਇੱਕ ਘੰਟਾ ਮੰਗਦੇ ਹਾਂ ਦੋਸਤੋ, ਇਹਨਾਂ ਥਾਵਾਂ ਤੇ ਬੈਠ ਜਾਓ। ਸਾਨੂੰ ਪ੍ਰੈਸ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ। ਮੇਰਾ ਆਪਣਾ ਭਤੀਜਾ ਇੱਥੇ ਸਾਨੂੰ ਕਵਰ ਕਰਨ ਆਇਆ ਹੋਇਆ ਹੈ ABP ਸਾਂਝਾ ਚੈਨਲ ਤੋਂ। ਸਾਨੂੰ ਉਹਦੇ ਦੇ ਮੌਕੇ ਨੂੰ ਵਰਤ ਲੈਣਾ ਚਾਹੀਦਾ ਇੱਕ ਚੰਗਾ ਪ੍ਰਭਾਵ ਦੇਣ ਦੇ ਲਈ। ਸੋ ਉਹਨੂੰ ਵਰਤ ਲਿਓ ਤਾਂ ਜੋ ਅਸੀਂ ਸਰਕਾਰ ਨੂੰ ਆਪਣੀ ਆਵਾਜ਼ ਪਹੁੰਚਾ ਸਕੀਏ। ਸੋ ਮੈਂ ਆਪਣੀ ਗੱਲ ਖਤਮ ਕਰਦਾ ਹੋਇਆ ਆਪਣੇ ਸੁਭਾਅ ਦੇ ਮੁਤਾਬਕ ਉਹ ਸਰਕਾਰ ਨੂੰ ਜਗਾਉਣ ਲਈ ਕੁਝ ਨਾਅਰੇ ਲਾਵਾਂਗਾ ਤੇ ਉਮੀਦ ਹੈ ਮੇਰੇ ਨਾਲੋਂ ਕਈ ਗੁਣਾ ਤੁਹਾਡੀ ਆਵਾਜ਼ ਵੱਧ ਹੋਊਗੀ। ਪੰਜਾਬ